ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਪ੍ਰੋ ਪੰਜਾਬ ਟੀਵੀ। ਮੈਂ ਹਾਂ ਮਨਪ੍ਰੀਤ ਕੌਰ। ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ, ਅਦਾਕਾਰਾ ਕੰਗਣਾ ਰਣੌਤ ਦਾ ਟਵਿੱਟਰ ਅਕਾਊਂਟ ਸਸਪੈਂਡ ਕਰ ਦਿੱਤਾ ਗਿਆ ਹੈ। ਤਾਂ ਲਗਾਤਾਰ ਕੰਗਣਾ ਰਣੌਤ ਆਪਣੇ ਟਵਿੱਟਰ ਅਕਾਊਂਟਸ ਤੇ ਕਿਸੇ ਗਲਤ ਸ਼ਬਦਾਵਲੀ ਦਾ ਇਸਤੇਮਾਲ ਕਰ ਰਹੀ ਸੀ, ਜਿਸ ਤੋਂ ਬਾਅਦ ਕਿ ਹੁਣ ਟਵਿੱਟਰ ਦੇ ਵੱਲੋਂ ਉਹਨਾਂ ਦਾ ਅਕਾਊਂਟ ਸਸਪੈਂਡ ਕਰ ਦਿੱਤਾ ਗਿਆ। ਉਹਨਾਂ ਦੇ ਖਿਲਾਫ ਕਈ ਸ਼ਿਕਾਇਤਾਂ ਆਈਆਂ ਸਨ ਕਿ ਸਭਿਅਕ ਭਾਸ਼ਾ ਦਾ ਇਸਤੇਮਾਲ ਕੰਗਣਾ ਰਣੌਤ ਦੇ ਵੱਲੋਂ ਨਹੀਂ ਕੀਤਾ ਜਾ ਰਿਹਾ। ਤਾਂ ਇਸੇ ਨੂੰ ਦੇਖਦੇ ਹੋਏ ਟਵਿੱਟਰ ਦੇ ਵੱਲੋਂ ਉਹਨਾਂ ਦਾ ਅਕਾਊਂਟ ਸਸਪੈਂਡ ਕਰ ਦਿੱਤਾ ਗਿਆ। ਪਿਛਲੇ ਦਿਨੀ ਹੀ ਬੰਗਾਲ ਦੇ ਵਿੱਚ ਇਲੈਕਸ਼ਨ ਨੂੰ ਲੈ ਕੇ ਵੀ ਕੰਗਣਾ ਰਣੌਤ ਦੇ ਵੱਲੋਂ ਟਵੀਟ ਕੀਤਾ ਗਿਆ ਸੀ, ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਕਿਹਾ ਸੀ ਕਿ ਮੁਸਲਮਾਨ ਰੋਹਿੰਗੀਆ ਮੁਸਲਮਾਨਾਂ ਦੇ ਕਾਰਨ ਹੀ ਮਮਤਾ ਬੈਨਰਜੀ ਦੀ ਜਿੱਤ ਹੋਈ ਹੈ। ਤਾਂ ਹਿੰਦੂ ਉਹਨਾਂ ਦੇ ਹੱਕ ਵਿੱਚ ਨਹੀਂ ਸਨ, ਪਰ ਜਿਹੜੇ ਮੁਸਲਮਾਨ ਨੇ ਉਹਨਾਂ ਦੇ ਕਰਕੇ ਹੀ ਮਮਤਾ ਬੈਨਰਜੀ ਬੰਗਾਲ ਦੇ ਵਿੱਚ ਜਿੱਤ ਹਾਸਲ ਕਰ ਪਾਏ ਨੇ। ਤੇ ਉਹਨਾਂ ਦੇ ਵੱਲੋਂ ਲਗਾਤਾਰ ਅਜਿਹੀ ਸ਼ਬਦਾਵਲੀ ਦਾ ਇਸਤੇਮਾਲ ਕੀਤਾ ਜਾ ਰਿਹਾ ਸੀ, ਲਗਾਤਾਰ ਉਹਨਾਂ ਨੂੰ ਜਿਹੜੇ ਟ੍ਰੋਲ ਕੀਤੇ ਜਾ ਰਹੇ ਸਨ ਟਵਿੱਟਰ ਤੇ, ਉਹ ਟ੍ਰੋਲ ਵੀ ਹੁੰਦੇ ਰਹੇ ਨੇ, ਉਹਨਾਂ ਨੂੰ ਬੀਜੇਪੀ ਸਮਰਥਕ ਕਿਹਾ ਜਾਂਦਾ ਰਿਹਾ ਹੈ। ਤਾਂ ਲਗਾਤਾਰ ਕੰਗਣਾ ਅਜਿਹੇ ਟਵੀਟ ਕਰਦੀ ਰਹੀ ਹੈ, ਜਿਸ ਕਾਰਨ ਹੁਣ ਟਵਿੱਟਰ ਦੇ ਵੱਲੋਂ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਸ਼ਿਕਾਇਤਾਂ ਮਿਲ ਰਹੀਆਂ ਸਨ ਟਵਿੱਟਰ ਨੂੰ, ਇਸੇ ਦੇ ਚੱਲਦਿਆਂ ਹੀ ਕੰਗਣਾ ਰਣੌਤ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਜੇ ਕਿਸਾਨੀ ਧਰਨੇ ਦੀ ਵੀ ਗੱਲ ਕੀਤੀ ਜਾਵੇ ਤਾਂ ਉਸ ਸਮੇਂ ਵੀ ਕੰਗਣਾ ਰਣੌਤ ਦੇ ਵੱਲੋਂ ਕਈ ਟਵੀਟ ਕੀਤੇ ਜਾਂਦੇ ਰਹੇ ਸਨ, ਜਿਸ ਕਾਰਨ ਦਿਲਜੀਤ ਦੁਸਾਂਝ ਦੇ ਵੱਲੋਂ ਵੀ ਉਹਨਾਂ ਨੂੰ ਜਵਾਬ ਦਿੱਤੇ ਜਾ ਰਹੇ ਸਨ। ਤਾਂ ਇੱਕ ਵੱਡਾ ਝਟਕਾ ਮਿਲਿਆ ਹੁਣ ਕੰਗਣਾ ਰਣੌਤ ਨੂੰ, ਉਹਨਾਂ ਦਾ ਟਵਿੱਟਰ ਅਕਾਊਂਟ ਸਸਪੈਂਡ ਕਰ ਦਿੱਤਾ ਗਿਆ ਹੈ। ਲਗਾਤਾਰ ਉਹ ਟਵੀਟ ਕਰਦੇ ਸਨ, ਕਿਸਾਨੀ ਧਰਨੇ ਦੇ ਵਿੱਚ ਜਿਹੜੀਆਂ ਬੀਬੀਆਂ ਗਈਆਂ ਸਨ ਉਹਨਾਂ ਨੂੰ ਲੈ ਕੇ ਵੀ ਉਹਨਾਂ ਦੇ ਵੱਲੋਂ ਟਵੀਟ ਕੀਤੇ ਗਏ ਸਨ ਕਿ ਪਹਾੜੇ ਤੇ ਕਿਸਾਨੀ ਅੰਦੋਲਨ ਦੇ ਵਿੱਚ ਆਪਣੀ ਆਵਾਜ਼ ਬੁਲੰਦ ਕਰਨ ਲਈ ਪਹੁੰਚੀਆਂ ਨੇ, ਜਿਸ ਦਾ ਜਵਾਬ ਬੀਬੀ ਮਹਿੰਦਰ ਕੌਰ ਦੇ ਨਾਲ ਵੀ ਉਹਨਾਂ ਦੀ ਜਿਹੜੀ ਇਸੇ ਨੂੰ ਲੈ ਕੇ ਬਹਿਸ ਹੋਈ ਸੀ। ਉਹਨਾਂ ਦੇ ਵੱਲੋਂ ਵੀ ਕਿਹਾ ਗਿਆ ਸੀ ਕਿ ਕੰਗਣਾ ਖੁਦ ਖੇਤਾਂ ਦੇ ਵਿੱਚ ਆ ਕੇ ਕੰਮ ਕਰਕੇ ਦੇਖੇ ਤਾਂ ਉਸਨੂੰ ਪਤਾ ਚੱਲੇਗਾ ਕਿ ਕਿਸਾਨੀ ਹੁੰਦੀ ਕੀ ਹੈ। ਅਜਿਹੇ ਟਵੀਟ ਕੀਤੇ ਗਏ ਸਨ ਕੰਗਣਾ ਰਣੌਤ ਦੇ ਵੱਲੋਂ, ਮੁਸਲਿਮ ਜਿਹੜੇ ਆਪਣੇ ਹੱਕਾਂ ਦੇ ਲਈ ਲੜਾਈ ਲੜ ਰਹੇ ਸਨ ਉਹਨਾਂ ਨੂੰ ਲੈ ਕੇ ਵੀ ਟਵੀਟ ਕੀਤੇ ਗਏ ਸਨ। ਤਾਂ ਕਿਸਾਨੀ ਧਰਨੇ ਦੇ ਵਿੱਚ ਵੀ ਲਗਾਤਾਰ ਚਰਚਾ ਦਾ ਵਿਸ਼ਾ ਬਣੀ ਰਹੀ ਸੀ, ਵਿਵਾਦਾਂ ਦੇ ਵਿੱਚ ਸੀ ਕੰਗਣਾ ਰਣੌਤ। ਤੇ ਹੁਣ ਬੰਗਾਲ ਦੇ ਵਿੱਚ ਹੋਈਆਂ ਚੋਣਾਂ ਤੋਂ ਬਾਅਦ ਵੀ ਉਹਨਾਂ ਦੇ ਵੱਲੋਂ ਟਵੀਟ ਕੀਤਾ ਗਿਆ ਸੀ, ਜਿਸ ਤੋਂ ਬਾਅਦ ਟਵਿੱਟਰ ਦੇ ਵੱਲੋਂ ਉਹਨਾਂ ਦਾ ਅਕਾਊਂਟ ਸਸਪੈਂਡ ਕਰ ਦਿੱਤਾ ਗਿਆ ਹੈ। ਸਭਿਅਕ ਭਾਸ਼ਾ ਦਾ ਇਸਤੇਮਾਲ ਉਹਨਾਂ ਦੇ ਵੱਲੋਂ ਨਹੀਂ ਕੀਤਾ ਜਾ ਰਿਹਾ ਸੀ, ਜਿਸ ਕਾਰਨ ਉਹਨਾਂ ਨੂੰ ਸ਼ਿਕਾਇਤਾਂ ਮਿਲੀਆਂ ਸਨ ਟਵਿੱਟਰ ਨੂੰ, ਜਿਸ ਆਧਾਰ ਤੇ ਹੁਣ ਕੰਗਣਾ ਨੂੰ ਇੱਕ ਵੱਡਾ ਝਟਕਾ ਮਿਲਿਆ। ਟਵਿੱਟਰ ਦੇ ਜ਼ਰੀਏ ਹੀ ਉਹ ਆਪਣੀ ਆਵਾਜ਼ ਆਪਣੀ ਗੱਲਬਾਤ ਲੋਕਾਂ ਤੱਕ ਪਹੁੰਚਾਉਂਦੀ ਸੀ, ਵਿਵਾਦਾਂ ਦੇ ਵਿੱਚ ਘਿਰੀ ਰਹਿੰਦੀ ਸੀ, ਅਕਸਰੀ ਵੀਡੀਓਜ਼ ਪਾਉਂਦੀ ਸੀ, ਕਦੇ ਟਵੀਟ ਕੀਤੇ ਜਾਂਦੇ ਸਨ ਬਾਰ-ਬਾਰ। ਹੁਣ ਉਸ ਦੇ ਅਕਾਊਂਟ ਨੂੰ ਟਵਿੱਟਰ ਦੇ ਵੱਲੋਂ ਸਸਪੈਂਡ ਕਰ ਦਿੱਤਾ ਗਿਆ ਹੈ। ਕਿਸਾਨੀ ਧਰਨੇ ਦੇ ਵਿੱਚ ਦਿਲਜੀਤ ਦੁਸਾਂਝ ਨਾਲ ਸਿੱਧਾ-ਸਿੱਧਾ ਉਸਦਾ ਪੰਗਾ ਪਿਆ ਸੀ, ਜਿਸ ਦੇ ਵਿੱਚ ਕਿ ਉਹ ਬਾਰ-ਬਾਰ ਟਵੀਟ ਕਰਦੀ ਸੀ ਤੇ ਦਿਲਜੀਤ ਦੁਸਾਂਝ ਉਹਨਾਂ ਨੂੰ ਕਿਸਾਨੀ ਧਰਨੇ ਦੇ ਨਾਲ ਜੁੜੀ ਹੋਈ ਗੱਲਬਾਤ ਦੱਸਦੇ ਸਨ ਕਿ ਕੀ ਹੁੰਦਾ ਹੈ ਕਿਸਾਨੀ ਧਰਨਾ ਤੇ ਕਿਸਾਨ ਕਿਉਂ ਸੰਘਰਸ਼ ਦੇ ਲਈ ਡਟੇ ਹੋਏ ਨੇ। ਪਰ ਕੰਗਣਾ ਰਣੌਤ ਆਪਣੇ ਜਿੱਦ ਤੇ ਅੜੀ ਰਹੀ ਤੇ ਉਹ ਕਿਸਾਨਾਂ ਦੇ ਖਿਲਾਫ ਆਪਣੀ ਗੱਲਬਾਤ ਕਰਦੀ ਰਹੀ, ਪਰ ਦਿਲਜੀਤ ਦੁਸਾਂਝ ਦੇ ਵੱਲੋਂ ਲਗਾਤਾਰ ਉਹਨਾਂ ਨੂੰ ਜਵਾਬ ਦਿੱਤੇ ਜਾਂਦੇ ਰਹੇ। ਟਵਿੱਟਰ ਵਾਰ ਉਹਨਾਂ ਦੇ ਵਿੱਚ ਛਿੜੀ ਹੋਈ ਸੀ, ਜਿਸ ਤੋਂ ਬਾਅਦ ਹੁਣ ਬੰਗਾਲ ਦੇ ਵਿੱਚ ਹੋਈਆਂ ਚੋਣਾਂ ਤੋਂ ਬਾਅਦ ਵੀ ਕੰਗਣਾ ਰਣੌਤ ਇੱਕ ਟਵੀਟ ਕਰਦੀ ਹੈ ਜਿਸ ਦੇ ਖਿਲਾਫ ਸ਼ਿਕਾਇਤਾਂ ਮਿਲਦੀਆਂ ਨੇ ਟਵਿੱਟਰ ਨੂੰ, ਤੇ ਅੱਜ ਕੰਗਣਾ ਰਣੌਤ ਦਾ ਟਵਿੱਟਰ ਅਕਾਊਂਟ ਸਸਪੈਂਡ ਕਰ ਦਿੱਤਾ ਗਿਆ ਹੈ। ਤਾਂ ਲਗਾਤਾਰ ਵਿਵਾਦਾਂ ਦੇ ਵਿੱਚ ਛਿੜੀ ਰਹਿੰਦੀ ਹੈ। ਇਸ ਤੋਂ ਪਹਿਲਾਂ ਵੀ ਬਾਲੀਵੁੱਡ ਦੀਆਂ ਵੀ ਕਈ ਗੱਲਾਂ ਬਾਤਾਂ ਜੋ ਨੇ, ਜਾਂ ਬਾਲੀਵੁੱਡ ਦੇ ਅੰਦਰ ਕੀ ਹੁੰਦਾ ਇਸ ਨੂੰ ਲੈ ਕੇ ਕੰਗਣਾ ਦੇ ਵੱਲੋਂ ਟਵੀਟ ਕੀਤੇ ਜਾਂਦੇ ਰਹੇ ਨੇ। ਸੁਸ਼ਾਂਤ ਸਿੰਘ ਰਾਜਪੂਤ ਦੇ ਸੁਸਾਈਡ ਤੋਂ ਬਾਅਦ ਵੀ ਕੰਗਣਾ ਦੀ ਇੱਕ ਵੀਡੀਓ ਜਿਹੜੀ ਸਾਹਮਣੇ ਆਉਂਦੀ ਹੈ ਟਵਿੱਟਰ ਤੇ ਹੀ ਉਹ ਟਵੀਟ ਕਰਦੀ ਹੈ, ਕਦੇ ਵੀਡੀਓ ਅਪਲੋਡ ਕਰਦੀ ਹੈ ਜਿਸ ਦੇ ਵਿੱਚ ਕਿ ਉਹ ਲੋਕਾਂ ਨੂੰ ਇੱਕਮਿਕ ਹੋ ਕੇ, ਦੇਸ਼ ਨੂੰ ਇੱਕਮਿਕ ਹੋ ਕੇ ਗੱਲ ਕਹਿਣ ਦੀ ਗੱਲ ਕਰਦੀ ਹੈ, ਮੋਦੀ ਸਰਕਾਰ ਦੀ ਉਹ ਹਮਾਇਤ ਕਰਦੀ ਅਕਸਰ ਨਜ਼ਰ ਆਉਂਦੀ ਹੈ। ਤਾਂ ਟਵਿੱਟਰ ਤੇ ਉਹ ਟ੍ਰੋਲ ਵੀ ਹੁੰਦੀ ਹੈ ਕਿ ਉਸਨੂੰ ਬੀਜੇਪੀ ਸਮਰਥਕ ਕਿਹਾ ਜਾਂਦਾ ਹੈ, ਪਰ ਹੁਣ ਫਿਰ ਤੋਂ ਉਸਦੇ ਖਿਲਾਫ ਸ਼ਿਕਾਇਤਾਂ ਮਿਲੀਆਂ ਸਨ, ਜਿਸ ਆਧਾਰ ਤੇ ਟਵਿੱਟਰ ਦੇ ਵੱਲੋਂ ਉਸਦਾ ਅਕਾਊਂਟ ਸਸਪੈਂਡ ਕਰ ਦਿੱਤਾ ਗਿਆ ਹੈ। ਤਾਂ ਵੀਡੀਓ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ। ਬੰਗਾਲ ਚੋਣਾਂ ਤੋਂ ਬਾਅਦ ਉਹਨਾਂ ਦੇ ਵੱਲੋਂ ਇੱਕ ਟਵੀਟ ਕੀਤਾ ਗਿਆ ਸੀ ਕਿ ਕਹਿ ਰਹੇ ਸੀ ਕਿ ਰੋਹਿੰਗੀਆ ਮੁਸਲਮਾਨਾਂ ਦੇ ਵੱਲੋਂ ਹੀ ਮਮਤਾ ਬੈਨਰਜੀ ਨੂੰ ਜਿੱਤ ਦਿਲਾਈ ਗਈ ਹੈ। ਤਾਂ ਜਿਹੜਾ ਪੱਛਮੀ ਬੰਗਾਲ ਹੈ, ਇੱਕ ਵਾਰ ਕਸ਼ਮੀਰ ਬਣਦਾ ਜਾ ਰਿਹਾ ਹੈ ਕਿ ਸਿਰਫ ਮੁਸਲਮਾਨ ਹੀ ਉਹਨਾਂ ਦੇ ਹੱਕ ਵਿੱਚ ਨੇ, ਹਿੰਦੂ ਉਹਨਾਂ ਦੇ ਹੱਕ ਵਿੱਚ ਨਹੀਂ ਨੇ। ਅਜਿਹੇ ਟਵੀਟ ਕੀਤੇ ਜਾਂਦੇ ਨੇ ਜੋ ਕਿ ਸਭਿਅਕ ਭਾਸ਼ਾ ਨਹੀਂ ਹੈ, ਕਿਸੇ ਨੂੰ ਅਜਿਹਾ ਹੱਕ ਨਹੀਂ ਹੈ ਕਿ ਕਿਸੇ ਦੇ ਖਿਲਾਫ ਅਜਿਹੀ ਬਿਆਨਬਾਜ਼ੀ ਕਰੇ। ਹਰ ਕਿਸੇ ਦਾ ਆਪਣਾ ਰਾਈਟ ਹੈ, ਵੋਟ ਦਾ ਅਧਿਕਾਰ ਹੈ, ਕੋਈ ਵੀ ਵਿਅਕਤੀ ਕਿਸੇ ਨੂੰ ਵੋਟ ਪਾ ਸਕਦਾ ਹੈ, ਪਰ ਕੰਗਣਾ ਕਿਸੇ ਦੇ ਨਿੱਜੀ ਫੈਸਲਿਆਂ ਦੇ ਉੱਤੇ ਟਿੱਪਣੀ ਨਹੀਂ ਕਰ ਸਕਦੀ। ਤਾਂ ਜਿਸ ਨੂੰ ਦੇਖਦੇ ਹੋਏ ਸ਼ਿਕਾਇਤਾਂ ਮਿਲੀਆਂ ਸਨ ਟਵਿੱਟਰ ਨੂੰ, ਤੇ ਟਵਿੱਟਰ ਦੇ ਵੱਲੋਂ ਕੰਗਣਾ ਰਣੌਤ ਦਾ ਟਵਿੱਟਰ ਜਿਹੜਾ ਅਕਾਊਂਟ ਹੈ ਉਸਨੂੰ ਸਸਪੈਂਡ ਕਰ ਦਿੱਤਾ ਗਿਆ, ਕਿਉਂਕਿ ਅਕਸਰ ਹੀ ਉਸਦੇ ਟਵਿੱਟਰ ਦੇ ਜ਼ਰੀਏ ਹੀ ਲੋਕਾਂ ਤੇ ਨਿਸ਼ਾਨੇ ਹੁੰਦੇ ਸਨ। ਕਿਸਾਨੀ ਧਰਨੇ ਨੂੰ ਲੈ ਕੇ ਵੀ ਉਸਦੇ ਵੱਲੋਂ ਲਗਾਤਾਰ ਟਵੀਟ ਕੀਤੇ ਜਾਂਦੇ ਰਹੇ ਸਨ, ਵੀਡੀਓਜ਼ ਅਪਲੋਡ ਕਰਦੀ ਰਹੀ ਹੈ, ਕਿਸਾਨਾਂ ਨੂੰ ਉਹ
बुरा भला कहती रही है, जिस कारण पंजाबियों के वालों भी उसनू ट्विटर के जरिए ही जवाब भी दिए गए सन। दिलजीत दुसांझ नाल लगातार उन्होंने ट्विटर वॉर छिड़ी रही थी, जिस दे विच कि वह किसानों के मुद्दे से गलबात करती रही है। ट्विटर दे विच ट्विटर से ही दिलजीत दुसांझ उसनू जवाब देंदे सन कि किसानी हुंदी की है, कि क्यों किसान धरने से बैठे हुए ने, उसनू तां ही पता चलेगा जेकर वह किसानों के नाल आके विचरेगी जां गलबात करेगी खेतों के विच किवें किसान खेती करते हैं, जिस कारण वह खेती कानूनों रद्द करवाउण दे लई दिल्ली दीआं सरहद्दां ते डटे हुए ने। उसनू तां ही पता चलेगा जेकर वह किसानां नू निजी तौर पर जानेगी। तो कंगना फिर भी इस दे बावजूद लगातार ट्वीट करती रही कि किसानी संघर्ष नहीं होना चाहिए, किसानां नू वापस चले जाना चाहिए, पर दिलजीत दुसांझ इसका करारा जवाब देंदे ने। लगातार उसके वालों ट्वीट्स किए जाते रहे, वीडियोज़ अपलोड की जांदियां रहियां, पंजाब दियां बीबियां के खिलाफ भी उसके वालों माड़ी शब्दावली का इस्तेमाल किया गया सी, जिस तो बाद दिलजीत दुसांझ उन्होंने जवाब देंदे ने। हुण भी उसके वालों अजिही ही सभ्यक शब्दावली का इस्तेमाल नहीं किया गया, जिस कारण ट्विटर के वालों कंगना रनौत के ट्विटर अकाउंट को सस्पेंड कर दिया गया। पछमी बंगाल दी चोणां के दौरान भी उसके वालों ट्वीट किए गए सन, तो अक्सर ही वह ट्रोल भी हुंदी रही है ट्विटर से। बीजेपी समर्थक उसनू दस्या जांदा है, मोदी सरकार दी सिफतां करदी अक्सर ही कंगना रनौत देखी जाती है, जिस कारण बीजेपी की सपोर्टर उसनू कहा जाता है। तो पंजाबियों के वालों भी उसनू किसानी धरने को लैके कई जवाब दिए गए सन कि अजिही शब्दावली का इस्तेमाल नहीं करना चाहिए, पर बावजूद इस दे कंगना रनौत दीआं वीडियोज़ अक्सर ही सामने आउंदियां रहियां ने, जिस दे विच के ओ ट्वीट दे उत्ते शब्दावली का इस्तेमाल करती रही जो माड़ी शब्दावली है। पर हुण एक बार ट्विटर ने उस दे अकाउंट नू सस्पेंड कर दिता है, तो कंगना दे इन्हां ट्वीट्स तो बाद ही जिहड़े ने पंजाबी ने ओ वध तो वध ट्विटर ते उसनू जवाब देंदे हुए नजर आए सन, क्योंकि पंजाबियों के पहला जिहड़े अकाउंट से घट सके, बट एकदम ही जदों कंगना रनौत ने ट्वीट करने शुरू किए सी किसानी धरने नू लैके किसानां दे खिलाफ उसदे वल्लों शब्दावली वरती जांदी सी, तां पंजाबियों दे वल्लों भी ट्विटर ते जिहड़ी वॉर शुरू कर दित्ती गई सी। ट्रैक्टरां तों ट्विटर तक दी जिहड़ा सफर सी उह शुरू होया सी, सिर्फ पहलां कहिंदे सी कि पंजाबी ट्रैक्टर चलाउंदे ने, ते इसे दे ट्रैक्टरां ते ही उह दिल्ली दे किसानी धरने दे विच पहुंचे सन, ते ट्रैक्टर तों ट्विटर तक दा सफर भी पंजाबियां ने तय कीता सी। ट्विटर ते कंगना रनौत नूं जिहड़े सीगे जवाब दित्ते गए सन किसानी धरने दे खिलाफ, जिहड़ी बार बार उह वीडियोज़ अपलोड करदी सी जां फिर उसदे वल्लों ट्वीट करके जिहड़ी माड़ी शब्दावली वरती जा रही सी, किसानां दे लई बुरे भले शब्द वरते जा रहे सन, उस तों बाद किसानां दे वल्लों भी उसनू पंजाबियों के वल्लों भी तिखे जवाब दिए गए सन। दिलजीत दुसांझ दे नाल उसका पंगा पिया सी, जिसदे वल्लों के ट्वीट किए जाने सन, ते लगातार दिलजीत दुसांझ उसनू अपना जवाब देंदे सन ट्विटर के जरिए ही जवाब दिता जाता सी। तां हुण पछमी बंगाल दीआं चोणां दे दौरान ही उसदे वल्लों ट्विटर की ट्वीट किया गया सी, जिस दे विच के सभ्यक शब्दावली का इस्तेमाल नहीं होया सी, ते हुण इसे दे चलदिआं ही ट्विटर दे वल्लों उसके अकाउंट नू सस्पेंड कर दिता गया। एक वड्डा झटका लग्या है कंगना रनौत नू, जिथे के हुण ट्विटर दे वल्लों उसके अकाउंट नू सस्पेंड कर दिता गया। होर अपडेट्स दे लई देखते रहो प्रो पंजाब टीवी।